ਹਾਂਜੀ ਮੇਰੇ ਪਿਆਰੇ ਵੀਰੋ, ਤੁਹਾਡਾ ਆਪਣਾ ਰਾਠੀ ਵੀਰ। ਸਭ ਤੋਂ ਪਹਿਲਾਂ ਵੀਰ ਦੀ ਕਲਾ ਨੂੰ ਪਿਆਰ ਕਰਨ ਵਾਲੇ ਰੱਬ ਵਰਗੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਵੀਰ ਜੀ। ਜੋ ਕਿ ਤੁਸੀਂ ਜਾਣਦੇ ਹੋ, ਤੁਹਾਡਾ ਰਾਠੀ ਵੀਰ ਤਿੱਖੀਆਂ ਕਰਦਾਂ ਦੇ ਨਾਲ ਬਹੁਤ ਹੀ ਮਿਹਨਤ ਦੇ ਨਾਲ ਬਹੁਤ ਸੋਹਣੇ ਸੋਹਣੇ ਸੰਦੇਸ਼ ਮੈਸੇਜ ਤਿਆਰ ਕਰਦਾ, ਜਿਨ੍ਹਾਂ ਨੂੰ ਤੁਸੀਂ ਬੇਹੱਦ ਪਿਆਰ ਕਰਦੇ ਹੋ। ਜਿਨ੍ਹਾਂ ਵੀਰਾਂ ਨੇ ਰਾਠੀ ਕਲਾ ਕੇਂਦਰ ਚੈਨਲ ਸਬਸਕ੍ਰਾਈਬ ਕੀਤਾ, ਮੈਂ ਸਾਰੇ ਵੀਰਾਂ ਦਾ ਰਿਣੀ ਹਾਂ। ਬਹੁਤ ਬਹੁਤ ਧੰਨਵਾਦ ਕਰਦਾ ਜੋ ਕਿ ਵੀਰ ਦੀ ਸੱਚੀ ਕਲਾ ਦੇ ਨਾਲ ਜੁੜੇ ਤੁਸੀਂ। ਹਾਂਜੀ ਵੀਰੋ, ਜੋ ਕਿ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ, ਕੱਲ੍ਹ ਲੁਧਿਆਣੇ ਦੇ ਵਿੱਚ ਇੱਕ ਸਮਾਜ ਸੇਵੀ ਸਾਡਾ ਵੀਰ ਅਨਮੋਲ ਸਿੰਘ ਜੀ ਕਾਤਰਾ, ਜਿਨ੍ਹਾਂ ਦੇ ਉੱਤੇ ਕੁਝ ਘਟੀਆ ਲੋਕਾਂ ਵੱਲੋਂ ਉਹਨਾਂ ਦੇ ਪਿਤਾ ਦੇ ਉੱਤੇ ਹਮਲਾ ਕੀਤਾ ਗਿਆ ਅਤੇ ਸਾਡੇ ਵੀਰ ਅਨਮੋਲ ਦੇ ਉੱਤੇ ਹਮਲਾ ਕੀਤਾ ਗਿਆ। ਜੋ ਕਿ ਵੀਰੋ, ਉਹ ਅਨਮੋਲ ਜਿਸ ਨੇ ਛੋਟੀ ਜਿਹੀ ਉਮਰ ਦੇ ਵਿੱਚ ਉਹ ਕਰ ਦਿਖਾਇਆ ਜੋ ਸਰਕਾਰਾਂ ਵੀ ਨਹੀਂ ਕਰ ਸਕੀਆਂ ਅੱਜ ਤੱਕ, ਜੋ ਕਿ ਵੱਡੇ ਵੱਡੇ ਕਰੋੜਪਤੀਆਂ ਤੋਂ ਕੰਮ ਨਹੀਂ ਹੋਏ ਜੋ ਸਾਡੇ ਵੀਰ ਅਨਮੋਲ ਨੇ ਕੀਤੇ। ਆਓ ਤੁਹਾਨੂੰ ਦਿਖਾਈਏ ਅਨਮੋਲ ਨੇ ਕੀ ਕੰਮ ਕੀਤੇ। ਸਾਡੇ ਵੀਰ ਅਨਮੋਲ ਨੇ ਇਹੋ ਜਿਹੇ ਵੀਰ ਜਿਨ੍ਹਾਂ ਦੀਆਂ ਬਾਹਾਂ ਕੱਟੀਆਂ ਗਈਆਂ ਦੋਨੇ, ਜਿਨ੍ਹਾਂ ਕੋਲ ਇਲਾਜ ਕਰਾਉਣ ਵਾਸਤੇ ਕੋਈ ਪੈਸਾ ਨਹੀਂ ਸੀ, ਉਹਨੇ ਆਪਣੀ ਸੰਸਥਾ ਦੇ ਵਿੱਚੋਂ ਆਪਣੇ ਨੌਜਵਾਨਾਂ ਨਾਲ ਰਲ ਕੇ NRI ਵੀਰਾਂ ਦੇ ਸਹਿਯੋਗ ਦੇ ਨਾਲ, ਸਾਡੇ ਪੰਜਾਬੀ ਵੀਰਾਂ ਦੇ ਸਹਿਯੋਗ ਦੇ ਨਾਲ ਇਹੋ ਜਿਹੇ ਵੀਰਾਂ ਦੇ ਇਲਾਜ ਕਰਵਾ ਕੇ ਅੱਜ ਦੁਬਾਰਾ ਰੋਟੀ ਦੇ ਕਾਬਲ ਕੀਤੇ। ਤੁਸੀਂ ਵੇਖ ਸਕਦੇ ਹੋ ਵੀਰ ਪੱਟਾਂ ਨਾਲ ਰੇੜੀ ਤੱਕ ਕੇ ਅੱਜ ਆਪਣੀ ਰੋਜੀ ਰੋਟੀ ਕਮਾ ਰਿਹਾ। ਉਸ ਤੋਂ ਬਾਅਦ ਦੂਸਰਾ ਵੀਰ ਜਿਸਦੇ ਚਾਰੋਂ ਅੰਗ ਪੈਰ ਕੱਟੇ ਗਏ, ਜਿਸਦਾ ਇਲਾਜ ਕਰਾਉਣਾ ਬੜਾ ਔਖਾ ਸੀ, ਇਹ ਸਾਡੇ ਅਨਮੋਲ ਵਰਗੇ ਵੀਰਾਂ ਕੋਲ ਜਦੋਂ ਆਵਾਜ਼ ਪਹੁੰਚਦੀ ਹੈ ਇਹੋ ਜਿਹੇ ਵੀਰਾਂ ਦੀ, ਬੇਸਹਾਰਾ ਵੀਰਾਂ ਦੀ, ਲੋੜਵੰਦਾਂ ਦੀ, ਤਾਂ ਵੀਰ 24 ਘੰਟੇ ਤਿਆਰ ਰਹਿੰਦੇ ਨੇ, ਉਸੇ ਸਮੇਂ ਆ ਕੇ ਉਹਨਾਂ ਵੀਰਾਂ ਦੀ ਮਦਦ ਕਰਦੇ ਨੇ। ਅੱਜ ਤੁਸੀਂ ਵੇਖ ਸਕਦੇ ਹੋ ਚਾਰੋਂ ਅੰਗ ਪੈਰ ਕੱਟੇ, ਇੱਕ ਲੱਕ ਦੇ ਜ਼ਰੀਏ ਆਪਣੀ ਇਸ ਰੇਹੜੀ ਦੇ ਉੱਤੇ ਆਪਣਾ ਟਾਈਮ ਪਾਸ ਕਰ ਰਿਹਾ। ਇਸ ਸੰਸਾਰ ਦੇ ਵਿੱਚ ਸਭ ਤੋਂ ਵੱਡੀ ਸੇਵਾ ਅੱਜ ਜਿਉਂਦੇ ਜਾਗਦੇ ਮਿਸਾਲ ਹੈ ਕਿ ਆਪਣਾ ਜੀਵਨ ਗੁਜ਼ਾਰ ਰਿਹਾ। ਤੀਸਰੀ ਗੱਲ ਜੋ ਕਿ ਵੀਰੋ, ਬਲੱਡ ਦਾ ਸਭ ਤੋਂ ਵੱਡਾ ਦਾਨ, ਉੱਤਮ ਦਾਨ, ਜੋ ਕਿ ਸਾਡਾ ਜਦੋਂ ਮਰੀਜ਼ ਢਿੱਲਾ ਹੁੰਦਾ, ਸਾਨੂੰ ਬਲੱਡ ਦੀ ਜਦੋਂ ਲੋੜ ਪੈਂਦੀ ਹੈ ਤਾਂ ਜਿਹੜੇ ਸਾਨੂੰ ਕਹਿੰਦੇ ਹੁੰਦੇ ਆ ਜਦੋਂ ਲੋੜ ਹੋਈ ਦੱਸ ਦੇ, ਫਿਰ ਉਹ ਫੋਨ ਚੱਕਣੋਂ ਹਟ ਜਾਂਦੇ ਆ। ਇਹ ਸਾਡੇ ਅਨਮੋਲ ਵਰਗੇ ਵੀਰਾਂ ਨੇ ਇਹੋ ਜਿਹੇ ਲੱਖਾਂ ਵੀਰਾਂ ਦੀ ਜਾਨ ਬਚਾਈ, ਆਪਣਾ ਕੀਮਤੀ ਬਲੱਡ ਦੇ ਕੇ, ਆਪਣੇ ਨਾਲ ਜੁੜੇ ਹੋਏ ਹੋਰ ਭੈਣ ਭਰਾਵਾਂ ਤੋਂ ਬਲੱਡ ਦਵਾ ਕੇ, ਕਿਤੋਂ ਵੀ ਕਿਵੇਂ ਕੀਤਾ, ਉਹਨਾਂ ਦੀਆਂ ਕੀਮਤੀ ਜਾਨਾਂ ਬਚਾਈਆਂ। ਜੋ ਕਿ ਤੁਸੀਂ ਵੇਖ ਰਹੇ ਭੈਣ ਦੇ ਬਲੱਡ ਲੱਗ ਰਿਹਾ, ਇੱਧਰ ਵੀਰ ਦੇ ਰਿਹਾ, ਜੋ ਕਿ ਇੱਕ ਪ੍ਰੈਗੀਡੈਂਟ ਭੈਣ ਹੈ ਜਿਸਦੇ ਹੋਣ ਵਾਲੇ ਬੱਚੇ ਦੀ ਵੀ ਜਾਨ ਬਚ ਰਹੀ ਹੈ, ਜਿਹਨੇ ਅੱਜ ਸੰਸਾਰ ਵੇਖਣਾ ਹੈ, ਅਤੇ ਭੈਣ ਦੀ ਵੀ ਜਾਨ ਬਚੀ। ਇਹੋ ਜਿਹੇ ਕੰਮ ਸਾਡੇ ਅਨਮੋਲ ਵੀਰ ਨੇ ਕੀਤੇ ਸੀ। ਵੀਰੋ ਦਾਸ ਵੱਲੋਂ ਛੋਟੀ ਜਿਹੀ ਕੋਸ਼ਿਸ਼ ਅਨਮੋਲ ਦੇ ਲਈ, ਜੇ ਹੋ ਸਕਿਆ ਤਾਂ ਅਨਮੋਲ ਤੱਕ ਵੀਡੀਓ ਜ਼ਰੂਰ ਪਹੁੰਚਦੀ ਕਰਿਓ। ਇਹ ਸੀ ਦਾਸ ਦੀ ਛੋਟੀ ਜਿਹੀ ਕੋਸ਼ਿਸ਼। ਜਿੰਨੇ ਵੀ ਸਮਾਜ ਸੇਵੀ ਵੀਰ ਸਾਡੇ ਪੰਜਾਬ ਦੇ ਵਿੱਚ, ਸਾਡੇ ਹਿੰਦੁਸਤਾਨ ਦੇ ਵਿੱਚ ਹੈਗੇ ਆ, ਸਾਰਿਆਂ ਨੂੰ ਇਸੇ ਤਰ੍ਹਾਂ ਤੁਸੀਂ ਪਿਆਰ ਕਰੋ ਕਿ ਅੱਗੇ ਤੋਂ ਕੋਈ ਘਟੀਆ ਲੋਕ, ਇਹੋ ਜਿਹੇ ਸਮਾਜ ਸੇਵੀ, ਸਮਾਜ ਦੇ ਫਰਿਸ਼ਤਿਆਂ ਦੇ ਉੱਤੇ ਕੋਈ ਆਂਚ ਨਾ ਆਵੇ। ਮੈਂ ਉਹਨਾਂ ਪੰਜਾਬੀਆਂ ਦਾ ਧੰਨਵਾਦ ਕਰਦਾ, ਉਹਨਾਂ ਨੌਜਵਾਨਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਅਨਮੋਲ ਦਾ ਲਾਈਵ ਵੇਖਣ ਸਾਰ ਨਾ ਰਾਤ ਵੇਖੀ ਨਾ ਦਿਨ ਵੇਖਿਆ, ਆਪਣਾ ਉੱਥੇ ਕੰਮ ਛੱਡਿਆ, ਇਹੋ ਜਿਹੇ ਵੀਰ ਦਾ ਸਾਥ ਦਿੱਤਾ, ਉੱਥੇ ਜਾ ਕੇ ਲੱਖਾਂ ਦੀ ਤਾਦਾਦ ਵਿੱਚ ਸਾਡੇ ਪੰਜਾਬੀ ਪਹੁੰਚੇ, ਜਿਨ੍ਹਾਂ ਨੇ ਇੱਕ ਘੰਟੇ ਦੇ ਵਿੱਚ ਉਹਨਾਂ ਦਰਿੰਦਿਆਂ 'ਤੇ ਪਰਚਾ ਕਰਵਾਇਆ ਅਤੇ ਸਾਡੇ ਸਮਾਜ ਸੇਵੀ ਵੀਰ ਦਾ ਸਾਥ ਦਿੱਤਾ। ਹੋਰ ਵੀ ਜਿੰਨੇ ਵੀਰ ਸਾਡੇ ਸਮਾਜ ਸੇਵੀ ਸੰਸਥਾ ਵਾਲੇ ਨੇ, ਮੈਂ ਸਾਰਿਆਂ ਨੂੰ ਸਲਾਮ ਕਰਦਾ ਲੱਖ ਵਾਰ ਕਿ ਇਹੋ ਜਿਹੇ ਵੀਰਾਂ ਦੇ ਸਿਰ 'ਤੇ ਅੱਜ ਸਾਡੇ ਪੰਜਾਬ ਦੇ ਵਿੱਚ ਜਿਹੜੇ ਬੇਸਹਾਰਾ ਲੋਕ ਨੇ, ਗਰੀਬ ਲੋਕ ਨੇ, ਉਹਨਾਂ ਦੇ ਇਲਾਜ ਹੋ ਰਹੇ ਆ। ਵੀਰੋ ਹਸਪਤਾਲ 'ਚ ਇੱਕ ਦਿਨ ਰਹਿਣਾ ਔਖਾ ਹੈ,
ਪੁੱਛ ਕੇ ਦੇਖੋ ਅਨਮੋਲ ਵਰਗੇ ਵੀਰਾਂ ਤੋਂ ਜਿਹੜੇ ਦਿਨ ਰਾਤ 24 ਘੰਟੇ ਹਸਪਤਾਲਾਂ ਦੇ ਵਿੱਚ ਰਹਿੰਦੇ ਨੇ ਅਤੇ ਉਹਨਾਂ ਵੀਰਾਂ ਦਾ ਇਲਾਜ ਕਰਵਾਉਂਦੇ ਨੇ। ਇਹ ਸੀ ਦਾਸ ਵੱਲੋਂ ਕੋਸ਼ਿਸ਼ ਵੀਰੋ ਛੋਟੀ ਜੀ, ਰਾਠੀ ਕਲਾ ਕੇਂਦਰ ਚੈਨਲ ਨੂੰ ਸਬਸਕ੍ਰਾਈਬ ਕਰਿਓ। ਜਦੋਂ ਵੀ ਬਠਿੰਡਾ ਮਾਨਸਾ ਰੋਡ ਲੰਘੋ, ਤੁਹਾਡੇ ਵੀਰ ਦੀ ਕੀਤੀ ਹੋਈ 10 ਸਾਲਾਂ ਦੀ ਮਿਹਨਤ ਤੁਸੀਂ ਵੀ ਇੱਕ ਵਾਰ ਜ਼ਰੂਰ ਵੇਖ ਕੇ ਜਾਇਓ। ਦਾਸ ਤੁਹਾਡੇ ਚਰਨਾਂ ਦੀ ਧੂੜ, ਤੁਹਾਡਾ ਆਪਣਾ ਰਾਠੀ ਵੀਰ, ਤੁਹਾਡਾ ਆਪਣਾ ਰਾਠੀ ਵੀਰ।